ਕੱਲ ਮੈਂ ਮੋਗੇ ਤੋਂ ਡਾਕਟਰ ਅਮਰੀਕ ਸਿੰਘ ਕੰਡਾ। ਤੁਸੀਂ ਮੇਰੇ ਪ੍ਰੋਗਰਾਮ ਅਕਸਰ ਰੇਡੀਓ 'ਤੇ ਸੁਣਦੇ ਰਹਿੰਦੇ ਹੋ ਅਤੇ ਮੇਰੇ ਆਰਟੀਕਲਸ ਤੁਸੀਂ ਅਖਬਾਰਾਂ ਵਿੱਚ ਮੈਗਜ਼ੀਨਾਂ ਵਿੱਚ ਪੜ੍ਹਦੇ ਰਹਿੰਦੇ ਹੋ। ਅੱਜ ਮੈਂ ਗੱਲ ਕਰਨ ਜਾ ਰਿਹਾ ਐਲਰਜੀ ਦੀ। ਐਲਰਜੀ ਇੱਕ ਇਹੋ ਜਿਹਾ ਰੋਗ ਹੈ ਜਿਸ ਨੂੰ ਅਲੱਗ ਅਲੱਗ ਨਾਂ ਦਿੱਤੇ ਗਏ ਨੇ। ਮੈਂ ਵੀਟ ਐਲਰਜੀ ਦੀ ਗੱਲ ਕਰਦਾ, ਜਿਵੇਂ ਚਮੜੀ 'ਤੇ ਖਾਰਸ਼ ਹੋਣੀ, ਤੱਫੜ ਹੋਣੀ, ਨੱਕ 'ਚੋਂ ਪਾਣੀ, ਅੱਖਾਂ 'ਚੋਂ ਪਾਣੀ ਆਉਣਾ, ਸੋ ਦਿਲ ਕੱਚਾ ਹੋਣਾ, ਉਲਟੀ, ਪੇਟ ਗੈਸ, ਪੇਟ ਭਾਰੀ, ਸੋ ਭੁੱਖ ਘਟਣਾ, ਭੋਜਨ ਦਾ ਠੀਕ ਤਰ੍ਹਾਂ ਨਾ ਪਚਣਾ, ਖਾਣੇ ਦਾ ਰੰਗ ਪੀਲਾ ਵਾਰ ਵਾਰ ਜਾਣਾ, ਹਰ ਵਕਤ ਹਾਜਤ ਬਣੀ ਰਹਿਣਾ, ਸੋ ਪੇਟ 'ਚ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਵੀ ਆਉਣੀਆਂ, ਸੋ ਜਿਹੜਾ ਖਾਣਾ ਆ ਬਦਬੂਦਾਰ ਹੋਣਾ, ਸੋ ਛਾਤੀ 'ਚ ਜਲਣ, ਮੂੰਹ ਬੇਸਵਾਦਾ, ਸੋ ਇਸ ਤਰ੍ਹਾਂ ਦੇ ਜਿਹੜੇ ਲੱਛਣ ਨੇ। ਸੋ ਬਹੁਤ ਸਾਰੀਆਂ ਜਿਹੜੀਆਂ ਐਲਰਜੀਆਂ, ਕਿਸੇ ਨੂੰ ਧੁੱਪ ਤੋਂ ਆ, ਕਿਸੇ ਨੂੰ ਛਾਂ ਤੋਂ ਆ, ਹੈ ਨਾ, ਇਹ ਅਲੱਗ ਅਲੱਗ, ਕਿਸੇ ਨੂੰ ਫੁੱਲਾਂ ਤੋਂ ਆ, ਕਿਸੇ ਨੂੰ ਘਾਹ ਤੋਂ ਆ, ਬੜੀ ਵੱਡੀ ਸਮੱਸਿਆ ਇਹ ਖੜ੍ਹੀ ਹੋਈ ਹੋਈ। ਐਲਰਜੀ ਦੇ ਜਿਹੜੇ ਹੋਰ ਅਸਾਧਾਰਨ ਲੱਛਣ ਨੇ, ਜਿਵੇਂ ਗਲਾ ਅਤੇ ਮੂੰਹ ਸੁੱਜਣਾ, ਇੱਕ ਐਲਰਜੀ ਹੈ ਆਮ, ਬਹੁਤ ਸਾਰੇ ਜਿਹੜੇ ਵਿਦੇਸ਼ਾਂ ਵਿੱਚ ਰਹਿੰਦੇ ਨੇ ਉਹਨਾਂ ਨੂੰ ਬੜੀ ਪ੍ਰੋਬਲਮ ਆਉਂਦੀ ਹੈ। ਇਹ ਅੰਦਰ ਚੀਜ਼ ਲੰਘਾਉਣ 'ਚ ਦਿੱਕਤ ਹੋਣਾ, ਜਿਵੇਂ ਆਪਾਂ ਖਾਣ ਲੱਗੇ ਉਹਨੂੰ ਗਲੇ 'ਤੇ ਲੱਗਣਾ, ਸੋ ਗਲੇ 'ਤੇ ਛਾਤੀ ਦਾ ਘੁੱਟਿਆ ਜਾਣਾ, ਸਾਹ ਲੈਣ 'ਚ ਦਿੱਕਤ। ਦੋਸਤੋ ਕਈ ਵਾਰੀ ਕੀ ਹੁੰਦਾ ਹੈ, ਗਲੇ 'ਚ ਕਦੋਂ ਸਵੈਲਿੰਗ ਹੋ ਜਾਂਦੀ ਹੈ ਅਤੇ ਸਾਹ ਲੈਣਾ ਮੁਸ਼ਕਲ ਹੋ ਜਾਂਦਾ। ਇਹਦੇ ਲਈ ਇੱਕ ਬਹੁਤ ਹੀ ਜ਼ਰੂਰੀ ਮੈਂ ਗੱਲ ਦੱਸਣ ਜਾ ਰਿਹਾ, ਉਹ ਹੈ ਇੱਕ ਐਰੋਬਿਕ ਆਕਸੀਜਨ ਆਉਂਦੀ ਹੈ, ਉਹ ਕੈਲਗਰੀ ਬਣਦੀ ਹੈ। ਸੋ ਉਸ ਚੀਜ਼ ਨੂੰ ਆਪਦੇ ਘਰ ਰੱਖੋ ਹਮੇਸ਼ਾ। ਉਹਦਾ ਕਾਰਨ ਇਹ ਹੈ, ਇੱਕ ਤਰ੍ਹਾਂ ਦਾ ਆਪਣੇ ਸਿਰਹਾਣੇ ਡਾਕਟਰ ਆ 24 ਆਵਰ, ਉਹ 240 ml ਦੀ ਸ਼ੀਸ਼ੀ ਹੁੰਦੀ ਹੈ, ਉਸ ਨੂੰ ਤੁਸੀਂ 30 ml ਆਪਦੀ ਗੱਡੀ 'ਚ, ਆਪਦੀ ਕਿਚਨ 'ਚ, ਆਪਦੇ ਬੈਡਰੂਮ 'ਚ ਅਲੱਗ ਅਲੱਗ ਸ਼ੀਸ਼ੀਆਂ 'ਚ ਪਾ ਕੇ ਰੱਖ ਸਕਦੇ ਹੋ। ਕਿਤੇ ਵੀ ਐਮਰਜੈਂਸੀ ਤੁਹਾਨੂੰ ਕਿਤੇ ਪ੍ਰੋਬਲਮ ਇਹੋ ਜਿਹੀ ਆਉਂਦੀ ਹੈ ਅਤੇ ਤੁਸੀਂ ਕਿਸੇ ਕਿਸਮ ਦੀ ਕੋਈ ਵੀ ਘਬਰਾਹਟ ਹੁੰਦੀ ਆ, ਐਗਜ਼ਾਮਪਲ ਵੀ ਇੱਕੋਦਮ ਕਿਸੇ ਨੂੰ ਕੋਈ ਹਾਰਟ ਦੀ ਪ੍ਰੋਬਲਮ ਆ ਗਈ ਜਾਂ ਪੈਰਾਲਾਈਜ਼ ਦੀ, ਕੁਛ ਵੀ ਕਿਸੇ ਕਿਸਮ ਦੀ ਗੈਸ ਬਣ ਗਈ, ਤੁਸੀਂ ਦਵਾ ਦਵਾ ਉਸਦੀ 10 ਬੂੰਦਾਂ ਲੈ ਲਓ, ਨਾਲ ਦੀ ਨਾਲ 5 ਸਕਿੰਟਾਂ 'ਚ ਬੰਦਾ ਠੀਕ ਹੋ ਜਾਂਦਾ। ਸੋ ਇਹ ਦੀ ਮੈਂ ਇੱਕ ਤੁਹਾਨੂੰ ਜਿਹੜੀ ਆਪਦੀ ਐਕਸਪੀਰੀਅੰਸ ਦੱਸ ਰਿਹਾ ਨਾਲ ਨਾਲ। ਸੋ ਐਲਰਜੀ ਜਿਹੜੀ ਮੈਂ ਗੱਲ ਕਰ ਰਿਹਾ ਸੀ, ਐਲਰਜੀ ਜਿਹੜੀ ਹੈਗੀ ਆ ਉਹਦੇ ਵਿੱਚ ਵੀ ਇੱਕ ਤਰ੍ਹਾਂ ਦੇ, ਜਦੋਂ ਇਹ ਸਵੈਲਿੰਗ ਹੁੰਦੀ ਹੈ ਅਤੇ ਉਹ ਗਲੇ ਅਤੇ ਮੂੰਹ ਦਾ ਸੁੱਜ ਜਾਣਾ, ਜਦੋਂ ਅੰਦਰ ਗਲਾ ਸੁੱਜ ਗਿਆ ਅਤੇ ਆਪਾਂ ਨੂੰ ਸਾਹ ਲੈਣ ਦੀ ਦਿੱਕਤ ਆ ਜਾਂਦੀ ਹੈ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਐਲਰਜੀਆਂ ਨੇ ਉਹਨਾਂ ਦੀ ਉਹਦੇ 'ਚ ਹੋਰ ਬਹੁਤ ਸਾਰੇ ਉਹਨਾਂ ਦੇ ਲੱਛਣ ਹੁੰਦੇ ਨੇ, ਜਿਵੇਂ ਹੁਣ ਕਹਿ ਸਕਦੇ ਹਾਂ ਬਈ ਉਦਾਸੀ ਰਹਿਣਾ, ਕਾਲਾਪਨ, ਡੌਰ ਭੌਰ ਜਿਹਾ ਰਹਿਣਾ, ਪੜ੍ਹਾਈ 'ਚ ਕਮਜ਼ੋਰ, ਮਾਸਪੇਸ਼ੀਆਂ ਦਾ ਨਾ ਬਣਨਾ, ਆਪਾਂ ਕਹਿ ਦਿੰਦੇ ਫਲਾਨਾ ਇੰਨਾ ਬੰਦਾ ਖਾਂਦਾ ਇਹ ਅਤੇ ਉਵੇਂ ਦਾ ਉਵੇਂ ਪਿਆ, ਮੈਨੂੰ ਲੱਗਦਾ ਹੀ ਨਹੀਂ ਕੁਛ। ਸੋ ਇੱਕ ਐਲਰਜੀ ਦੇ ਇਹ ਐਲਰਜੀਆਂ ਹੀ ਨੇ, ਉਹ ਅਲੱਗ ਅਲੱਗ ਉਹਦੇ ਲੱਛਣ ਨੇ, ਡਾਕਟਰਾਂ ਨੇ ਉਹਨੂੰ ਅਲੱਗ ਅਲੱਗ ਨਾਂ ਦਿੱਤਾ ਹੋਇਆ, ਕੋਈ ਉਹਨੂੰ ਕੁਛ ਕਹਿ ਰਿਹਾ, ਕੋਈ ਉਹਨੂੰ ਕੁਛ ਕਹਿ ਰਿਹਾ। ਸੀਲੀਅਕ ਡਿਸੀਜ਼ ਦੇ ਸਧਾਰਨ ਲੱਛਣ ਇਹਨੂੰ, ਇੱਕ ਹੋਰ ਐਲਰਜੀ ਤੁਹਾਨੂੰ ਮੈਂ ਗੱਲ ਦੱਸਾਂ, ਐਲਰਜੀਆਂ ਬਹੁਤ ਨੇ, ਪੇਟ ਦਰਦ, ਪੇਟ 'ਚ ਵੱਟ, ਕਦੇ ਪਾਣੀ ਵਰਗੇ ਪਤਲੇ ਦਸਤ ਲੱਗਣਾ, ਕਬਜ਼, ਧੁੰਨੀ ਦੇ ਆਸ ਪਾਸ ਖਿਚਾ, ਖੁਰਾਕ ਨਾ ਲੱਗਣਾ, ਖੂਨ ਦੀ ਕਮੀ, ਪੇਟ ਦਾ ਵਧਣਾ, ਲੱਤਾਂ ਦਾ ਸੁੱਕਣਾ, ਸੋ ਇਹ ਮਤਲਬ ਵਿਟਾਮਿਨਸ ਦੀ ਕਮੀ ਹੋਣਾ, ਹੱਡੀਆਂ ਕਮਜ਼ੋਰ, ਟੁੱਟਣਾ, ਵਿੰਗੇ ਹੋਣਾ, ਜੋੜਾਂ 'ਚ ਸੂਈਆਂ ਚੁੱਭਣ ਵਰਗਾ ਦਰਦ ਹੋਣਾ, ਸੋ ਇੱਕ ਇਹ ਵੀ ਇੱਕ ਸੀਲੀਅਕ ਡਿਸੀਜ਼ ਹੈ ਜਿਹਨੂੰ ਅਸੀਂ ਇਹਦਾ ਐਲਰਜੀ ਦਾ ਹੀ ਇੱਕ ਪਾਰਟ ਆ। ਸੋ ਬਹੁਤ ਸਾਰੀਆਂ ਐਲਰਜੀਆਂ ਨੇ, ਬਹੁਤ ਸਾਰੇ ਲੱਛਣ ਨੇ। ਮੈਂ ਇੱਕ ਉਸ ਚੀਜ਼ ਨੂੰ ਲੈ ਕੇ ਬੜਾ ਸਰਚ ਕੀਤੀ ਔਰ ਬਹੁਤ ਡਿਸਕਸ ਕਰਕੇ ਅਸੀਂ ਗ੍ਰੰਥਾਂ ਦੇ ਵਿੱਚੋਂ, ਆਯੁਰਵੇਦ ਗ੍ਰੰਥਾਂ ਵਿੱਚੋਂ ਇੱਕ ਨੁਸਖਾ ਰਿਹਾ, ਉਹ ਸਾਰੀਆਂ ਐਲਰਜੀਆਂ ਦੀ ਇੱਕ ਗੋਲੀ ਬਣਾਤੀ। ਅਸਲ ਮੈਂ ਸਾਡਾ ਜਿਹੜਾ ਇਮਿਊਨਿਟੀ ਸਿਸਟਮ ਆ ਉਹ ਵੀਕ ਹੋ ਜਾਂਦਾ ਹੈ, ਜਿਸ ਦੇ ਨਾਲ ਆਪਾਂ ਸਾਨੂੰ ਐਲਰਜੀ ਹੁੰਦੀ ਕਿਉਂ, ਮਤਲਬ ਆਪਣਾ ਸਵਾਲ ਕੋਈ ਪੁੱਛੇ ਤਾਂ ਉਹ ਜਿਹੜਾ ਆਪਣਾ ਇਮਿਊਨ ਸਿਸਟਮ ਆ ਉਹ ਵੀਕ ਹੋ ਜਾਂਦਾ, ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ। ਸੋ ਇਸ ਤਰ੍ਹਾਂ ਮੈਂ ਤੁਹਾਨੂੰ ਇਹ ਦੇਸੀ ਨੁਸਖਾ ਨੋਟ ਕਰ ਲਓ, ਇਹ ਮੈਂ ਗੋਲੀ ਜਿਹੜੀ ਤਿਆਰ ਕੀਤੀ ਹੈ,
ਇਹਦੇ ਨਾਲ ਦੋ ਤਿੰਨ ਚੀਜ਼ਾਂ ਹੋਰ ਨੇ ਜਿਹੜੀਆਂ ਅਸੀਂ ਤਿਆਰ ਕੀਤੀਆਂ ਨੇ। ਸੋ ਇੱਕ ਮੈਂ ਨਿੰਮ ਦੀ ਗੋਲੀ ਵੀ ਇੱਥੇ ਪਾਈ ਹੋਈ ਹੈ। ਫੇਸਬੁੱਕ 'ਤੇ ਮੈਂ ਪੇਜ ਬਣਾਇਆ ਥੋੜ੍ਹੇ ਜਿਹੇ ਡਾਕਟਰ ਅਮਰੀਕ ਸਿੰਘ ਕੰਡੇ ਨਾਹਟ, ਅਤੇ ਯੂਟਿਊਬ 'ਤੇ ਤੁਸੀਂ ਸੁਣਦੇ 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 ਪ੍ਰੋਗਰਾਮ। ਸੋ ਮੈਂ ਜਿਹੜਾ ਬੋਲਣ ਜਾ ਰਿਹਾ ਉਹ ਨੋਟ ਕਰ ਲਓ। ਇੱਕ ਨਿੰਮ ਹੈਗੀ ਆ ਜਿਹੜੀ 100 ਗ੍ਰਾਮ ਲੈਣੀ ਆ, ਲਘੂ ਸ਼ੂਸ਼ਿਕਰ 100 ਗ੍ਰਾਮ ਹੈ, ਮਜਿਸਟਾ 50 ਮਿਲੀਗ੍ਰਾਮ ਹੈ, ਸਾਰਵਾ 50 ਮਿਲੀਗ੍ਰਾਮ ਹੈ, ਗਲੋ 50 ਮਿਲੀਗ੍ਰਾਮ ਹੈ, ਪ੍ਰਵਾਲ ਪੰਚਅਮ੍ਰਿਤ ਜਿਹੜੀ 50 ਮਿਲੀਗ੍ਰਾਮ ਹੈ, ਸਵਰਨ ਮਾਕਸ਼ੀ ਭਸਮ 50 ਮਿਲੀਗ੍ਰਾਮ ਹੈ, ਪ੍ਰਿੰਗਰਾਜ 50 ਮਿਲੀਗ੍ਰਾਮ ਹੈ, ਯਸ਼ਟਮਧੂ 100 ਮਿਲੀਗ੍ਰਾਮ ਹੈ, ਸਾਰਵਾ 50 ਮਿਲੀਗ੍ਰਾਮ ਹੈ। ਇਹ ਜਿਹੜੀ ਚੀਜ਼ਾਂ ਲੈਣੀਆਂ ਨੇ ਨਾਲ, ਇਹਦੇ ਆਪਾਂ ਲਵਾਂਗੇ ਸ਼ੁੱਧ ਸ਼ਿਲਾ ਜੀ ਜਿਹੜੀ ਸੂਰਜ ਤਾਪੀ, ਉਹ ਆਪਾਂ 100 ਮਿਲੀਗ੍ਰਾਮ ਲਵਾਂਗੇ। ਸੋ ਇਹਨਾਂ ਨੂੰ ਭਾਵਨਾ ਦੇਣੀਆਂ ਨੇ। ਸੋ ਸ਼ੀਰ ਪ੍ਰਤਪ ਦੀ ਜਿਹੜੀ ਆਪਣੀ ਜੰਗਲੀ ਹਲਦੀ ਹੈ ਉਹ ਵੀ 100 ਮਿਲੀਗ੍ਰਾਮ ਲੈਣੀ ਹੈ, ਨੋਟ ਕਰ ਲਿਓ। ਸੋ ਉਹਨਾਂ ਨੂੰ ਭਾਵਨਾ ਦੇਵਾਂਗੇ ਆਪਾਂ ਜਿਹੜੀਆਂ ਉਹ ਹੈਗੀਆਂ, ਜੰਗਲੀ ਹਲਦੀ ਦੀ 50 ਮਿਲੀਗ੍ਰਾਮ ਹੈ, ਸੋ ਅਮਾਲਕੀ 50 ਮਿਲੀਗ੍ਰਾਮ ਹੈ, ਬਡੈਂਗ 50 ਮਿਲੀਗ੍ਰਾਮ ਹੈ, ਗੋਰਖ ਮੁੰਡੀ 50 ਮਿਲੀਗ੍ਰਾਮ ਹੈ, ਨਿਸ਼ੋਧ ਜਿਹੜੀ ਹੈਗੀ ਉਹ 25 ਮਿਲੀਗ੍ਰਾਮ ਹੈ, ਕਾਲੀ ਮਿਰਚ 50 ਮਿਲੀਗ੍ਰਾਮ ਹੈ, ਸੁੰਡ ਅਤੇ ਮਗਾਂ 50 ਮਿਲੀਗ੍ਰਾਮ ਹੈ। ਸੋ ਇਹ ਜਿਹੜੀ ਚੀਜ਼ਾਂ, ਇਹਦੇ 'ਚ ਨਿੰਮ ਵੀ ਆਪਾਂ ਲਵਾਂਗੇ 100 ਮਿਲੀਗ੍ਰਾਮ, ਇੱਥੇ ਇਹਦੀ ਭਾਵਨਾ ਦੇਣੀ ਹੈ। ਸੋ ਇਹ ਕੀ ਕਰਦੀ ਆ, ਇਹ ਖੂਨ ਨੂੰ ਇਹਨੇ ਸਾਫ਼ ਕਰਨਾ ਹੈਗਾ, ਚਮੜੀ ਦੇ ਕੋਈ ਰੋਗ ਨਹੀਂ ਰਹਿਣ ਦੇਣਾ, ਕਿਸੇ ਕਿਸਮ ਦੀ ਕੋਈ ਵੀ ਐਲਰਜੀ ਆ ਉਹਦੇ 'ਤੇ ਕੰਮ ਕਰਨਾ, ਜਿਹੜਾ ਖੂਨ 'ਚ ਗਰਮੀ ਹੈ ਉਸ ਨੂੰ ਠੀਕ ਕਰਨਾ। ਚਲੋ ਖੂਨ ਦੇ ਵਿੱਚ ਜਿਹੜੀ ਮਤਲਬ ਪਿੱਤ ਜਿਹਨੂੰ ਕਹਿੰਦੇ ਆ, ਪਿੱਤ ਇੱਕ ਕਫ ਪਿੱਤ ਬੈ ਹੁੰਦੀ ਹੈ, ਜਿਹੜੀ ਪਿੱਤ ਹੁੰਦੀ ਆ ਨਾ ਉਹ ਆਪਾਂ ਕਹਿੰਦੇ ਕੀੜੀਆਂ ਜਿਹੀਆਂ ਲੜਦੀਆਂ, ਸੋ ਉਹ ਕਈਆਂ ਦੇ ਨਿਸ਼ਾਨ ਬਣ ਜਾਂਦੇ ਨੇ ਸਕਿਨ ਦੇ ਉੱਪਰ, ਉਹ ਫਿਰ ਉਹ ਖੂਨ ਦੀ ਖਰਾਬੀ ਹੁੰਦੀ ਹੈ। ਸੋ ਕਿਸੇ ਤਰ੍ਹਾਂ ਦੀ ਕੋਈ ਖੁਜਲੀ ਆ, ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜੀ ਚਮੜੀ ਦੇ ਕੋਈ ਰੋਗ ਨੇ, ਉਹਨਾਂ 'ਤੇ ਇਹ ਗੋਲੀ ਕੰਮ ਕਰਦੀ ਹੈ। ਸੋ ਇਹਦੇ ਨਾਲ ਇੱਕ ਨਿੰਮ ਦੀ ਗੋਲੀ ਵੀ ਅਸੀਂ, ਇੱਕ ਇਹ ਐਲਰਜੀ ਗੋਲੀ ਹੋ ਗਈ, ਇੱਕ ਅਸੀਂ ਨਿੰਮ ਦੀ ਗੋਲੀ ਤਿਆਰ ਕੀਤੀ ਹੈ। ਇੱਕ ਅਸੀਂ ਸਪੈਸ਼ਲ ਜਿਹੜਾ ਇਕੱਲੇ ਖੂਨ ਨੂੰ ਸਾਫ਼ ਰੱਖਣਾ ਅਤੇ ਆਪਣੀਆਂ ਨਾੜਾਂ ਨੂੰ ਵਧੀਆ ਕਰਨਾ, ਅਤੇ ਇਹਦੇ ਲਈ ਆਪਾਂ ਇੱਕ ਤੇਲ ਵੀ ਤਿਆਰ ਕੀਤਾ ਜਿਹੜਾ ਚਮੜੀ ਦੇ ਲਾਉਣ ਲਈ ਹੈ। ਸੋ ਦੋਸਤੋ ਇਹ ਬਹੁਤ ਸਾਰੀਆਂ ਪ੍ਰੋਬਲਮਾਂ ਨੇ, ਅਤੇ ਜੇ ਕਿਸੇ ਨੂੰ ਕੋਈ ਵੀ ਮੇਰੇ ਕੋਲ ਚੀਜ਼ ਚਾਹੀਦੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਮੇਰਾ ਮੋਬਾਈਲ ਨੰਬਰ 98575 3566। ਇੱਕ ਹੋਰ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਸੀਗਾ ਉਹ ਇਹ ਸੀਗਾ ਵੀ ਜਦੋਂ ਵੀ ਕੋਈ ਚੀਜ਼ ਤਿਆਰ ਕਰਨੀ ਹੋਵੇ, ਕੋਈ ਵੀ ਚੰਗਾ ਕੋਈ ਡਾਕਟਰ ਵੈਦ ਹਕੀਮ ਜੋ ਤੁਹਾਡਾ ਕੋਈ ਦੋਸਤ ਮਿੱਤਰ ਆ, ਉਹਨਾਂ ਦੀ ਦੇਖ ਰੇਖ ਕਰਿਆ ਕਰੋ। ਇਸ ਤਰ੍ਹਾਂ ਨਹੀਂ ਵੀ ਆਪਾਂ ਸਮਾਨ ਲਿਆਂਦਾ ਅਤੇ ਉਹ ਚੱਕ ਕੇ ਉਹਨੂੰ ਗਲਤ ਕਰ ਲਿਆ। ਬਹੁਤ ਸਾਰੇ ਮੈਨੂੰ ਫੋਨ ਆਉਂਦੇ, ਆਹ ਅਸੀਂ ਐਂ ਕਰ ਲਿਆ ਅਤੇ ਇਹ ਬਾਈ ਜੀ ਸਾਡਾ ਤਾਂ ਬਣਦਾ ਨਹੀਂ, ਉਹ ਜਿਹੜਾ ਆਪਾਂ 4-5 ਹਜ਼ਾਰ ਰੁਪਏ ਲਾ ਦਿੰਦੇ ਉਹਦਾ ਫਾਇਦਾ ਕੋਈ ਨਹੀਂ, ਉਦੋਂ ਤਾਂ ਮੇਰੇ ਕੋਲ 5-5 ਰੁਪਏ ਦੀਆਂ ਗੋਲੀਆਂ ਨੇ, ਤਾਂ ਮੇਰੇ ਕੋਲ ਲੈ ਜਿਓ। ਸੋ ਇਹੀ ਮੇਰੀ ਬੇਨਤੀ ਹੈ। ਸੋ ਬਾਕੀ ਆਪਦੇ ਡਾਕਟਰ ਨਾਲ ਹਕੀਮ ਨਾਲ ਸਲਾਹ ਕਰ ਲਿਆ ਕਰੋ ਜੋ ਵੀ ਤੁਹਾਡੇ ਹੈਗੇ ਨੇ। ਸੋ ਹਾਂ, ਇਹਨਾਂ ਤੁਹਾਨੂੰ ਮਸ਼ਹੂਰ ਸ਼ਾਟ ਆ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਵੀ ਆਯੁਰਵੈਦਿਕ, ਉਹਦਾ ਕੋਈ ਨੁਕਸਾਨ ਨਹੀਂ, ਇਹ ਜੜ੍ਹ ਤੋਂ ਕਿਸੇ ਚੀਜ਼ ਨੂੰ ਆਪਾਂ ਬਿਮਾਰੀ ਨੂੰ ਖਤਮ ਕਰਨਾ ਤਾਂ ਇਹ ਆਯੁਰਵੈਦਿਕ ਚੀਜ਼ ਸੰਭਵ ਹੈ। ਸੋ ਦੋਸਤੋ ਤੰਦਰੁਸਤ ਰਹੋ, ਖੁਸ਼ ਰਹੋ, ਵੱਧ ਤੋਂ ਵੱਧ ਇਹ ਚੀਜ਼ਾਂ ਨੂੰ ਸ਼ੇਅਰ ਕਰਿਆ ਕਰੋ। ਸੋ ਕੋਈ ਪਤਾ ਨਹੀਂ ਬਾਈ ਜੀ ਕਦੋਂ ਕਿਹਦੀ ਫੂਕ ਨਿਕਲ ਜਾਣੀ ਹੈ ਅਤੇ ਕਦੋਂ ਪਟਾਕਾ ਪਾ ਜਾਣਾ, ਨਾਲ ਕੁਛ ਨਹੀਂ ਜਾਣਾ। ਸੋ ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।